देखो कल सवेरे 6 बजे तो लैके तकरीबन 36-37 घंटे इन्होंने सर्च की थी है ना इनकम टैक्स डिपार्टमेंट ने अते इन्हां नूं कोई भी जिहड़ी जो एज पर ला जिन्ना असीं गोल्ड रख सकते उन्ना गोल्ड सीगा उह सीज़ नहीं कीता सानूं दे गए ने कैश जिन्ना असीं रख सकते हैं क्योंकि साडा खेती का काम आ नाल लेबर वड्डे पद्धर ते कॉलेज काम करदी है बंदे काम करदे आ उह जिन्ना कैश रख सकते उन्ना कैश सीगा उस तों बिना कोई भी इहो जिहा डाकूमेंट जिहड़ा लीगल नहीं सीगा क्योंकि जिहड़ी साडी जिहड़ी प्रॉपर्टी आ साडी इह जद्दी प्रॉपर्टी आ सारी है ना इस पिंड दे विच जिहड़ा इत्थे असीं तकरीबन लंबे समय तों रह रहे आ ये जिहड़ा आ पहलों पिंड दी पूरी मालकी साडे बजुर्गां दी सीगी ये पिंड 1846 ईस्वी दे विच साडे बजुर्गां नूं पूरे पिंड दी जमीन इत्थे राजा सी सिख राजा रणमहेश सिंह एंगलो सिख वार तों बाद ये दित्ती गई सी 1848 च साडे बजुर्गां ने पिंड बन्निया सी सा गुलाब सिंह ने 3 हिस्से जमीन लोगों नूं दे के चौथा हिस्सा जमीन अपने को रखी इत्थे असीं पिछले तकरीबन 7 पीढ़ियां तो रह रहे हैं किसानों नूं बड़ा परेशान किया हुण असीं जे किसी तों जमीन खरीदते हैं जमीन भी लैके दिंदे उन्हां नूं घर भी बनवा के दिंदे पूरा अगले नूं मदद करदे रिसोर्सिस तों वध जायदाद बनाई ना इस करके रेट 1 रुपये दी नहीं रेट 1999 विच भी होई सीगी 22 साल बाद दुबारा रेट होई आ ते ओदे ओदों भी 1 रुपया इनकम टैक्स नहीं सी लग्या 1 रुपया भी साडी देखो हुण भी इन्होंने सारियां साइटां ते कीती आ ते हुण भी जो साडियां जिन्नियां जायदादां ने सारियां डिकलेयर्ड ने इनकम टैक्स को डिकलेयर्ड ने पहली गल तां जिहड़ी अज तों 22 साल पहलों डिकलेयर्ड ने जिहड़ियां उदों रेट होई सी उस तों बाद जिन्ने भी फार्म ने साडे ओह सारे डिकलेयर्ड ने सो कोई भी इहो जिहां दी जायदाद नहीं तुसीं छुपाया कुछ हुण तक कोई रिटर्न नाम भरी होवे कोई प्रॉपर्टी बारे नाम दस्सिया होवे किसे होर दे नाम होवे बेनामी प्रॉपर्टी सारा कुछ उन्हां नूं पता वा डिकलेयर्ड आ उन्हां नूं कहि जिथे मर्जी सर्च कर लो मैं तां पहलां भी अज तों कई साल पहलों भी ਉਦੋਂ ਵੀ ਕਿਹਾ ਸੀ ਵੀ ਸਾਡੀ ਜਦੋਂ ਮਰਜ਼ੀ ਸਰਚ ਕਰੋ ਪੜਤਾਲ ਕਰੇ ਜਿਹੜਾ ਮਰਜ਼ੀ ਡਿਪਾਰਟਮੈਂਟ ਕਰੇ ਕਿਉਂਕਿ ਬੜਾ ਸਾਫ ਸੁਥਰਾ ਕੰਮ ਆ ਬਿਹੇਵੀਅਰ ਕਿਸ ਤਰ੍ਹਾਂ ਦਾ ਸੀ ਜਿਹੜੀ ਟੀਮ ਆਈ ਨਹੀਂ ਠੀਕ ਰਿਹਾ ਉਹਨਾਂ ਵੱਲੋਂ ਪੂਰਾ ਸਹਿਯੋਗ ਸੀਗਾ ਆਲਮੋਸਟ ਇੱਥੋਂ ਸਾਡੇ ਨਾ ਆਫਿਸ ਦੇ ਕੁਝ ਡਾਕੂਮੈਂਟ ਉੱਥੇ ਜਿੰਨੇ ਲੀਗਲ ਡਾਕੂਮੈਂਟ ਆ ਸਾਡੇ ਹੈ ਨਾ ਉਹ ਸਾਰੇ ਆਫਿਸ 'ਚ ਪਏ ਹੁੰਦੇ ਆ ਜਿਹੜੇ ਆਲਰੇਡੀ ਇਹਨਾਂ ਕੋਲ ਸਬਮਿਟ ਕੀਤੇ ਹੋਏ ਨੇ ਸਾਡੇ ਤੁਹਾਨੂੰ ਲੱਗਦਾ ਕੋਈ ਸਾਜ਼ਿਸ਼ ਹੈ ਕੀ ਕਾਰਨ ਕੀ ਇਸ ਰੇਟ ਦਾ ਦੇਖੋ ਇਹ ਸੈਂਟਰ ਸਰਕਾਰ ਦਾ ਡਿਪਾਰਟਮੈਂਟ ਹੈਗਾ ਜੀ ਸੋ ਇਹ ਥੋੜਾ ਮੋਟਾ ਜਿਹੜੇ ਅਸੀਂ ਦੇਖੋ ਕਿਸਾਨ ਅੰਦੋਲਨ ਨਾਲ ਜੁੜੇ ਕਿਸਾਨ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਨਾ ਜੋ ਕੁਝ ਵੀ ਸਾਡੇ ਕੋਲ ਹੈਗਾ ਕਿਸਾਨੀ ਕਰਕੇ ਆ ਕਿਉਂਕਿ ਕਿਸਾਨੀ ਨਾਲ ਬਜ਼ੁਰਗ 7 ਪੀੜ੍ਹੀਆਂ ਤੋਂ ਜੁੜੇ ਹੋਏ ਸੀਗੇ ਉਹ ਜ਼ਮੀਨਾਂ ਉਹਨਾਂ ਨੇ ਜਿਹੜੀਆਂ ਸੰਭਾਲੀਆਂ ਉਹ ਜ਼ਮੀਨਾਂ ਅੱਗੇ ਸਾਡੇ ਕੋਲ ਆਈਆਂ ਅਤੇ ਉਹਨਾਂ ਜ਼ਮੀਨਾਂ ਕਰਕੇ ਉਹ ਸ਼ਹਿਰ ਦੇ ਵਿੱਚ ਆ ਗਈਆਂ ਅੱਜ ਮਹਿੰਗੀਆਂ ਹੋ ਗਈਆਂ ਤਾਂ ਅਸੀਂ ਉਹਨਾਂ ਨੂੰ ਸੰਭਾਲ ਰਹੇ ਹਾਂ ਸਾਡੇ ਸਾਰਾ ਪਿੰਡ ਦੀ ਪਰ ਆਲੀ ਸਾਹਿਬ ਸਵਾਲ ਉਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿਸਾਨ ਅੰਦੋਲਨ ਦਾ ਸਾਥ ਦਿੱਤਾ ਕਿਸਾਨ ਅੰਦੋਲਨ ਦਾ ਸਾਥ ਤਾਂ ਹੋਰ ਬਹੁਤ ਸਾਰੇ ਲੋਕਾਂ ਨੇ ਦਿੱਤਾ ਨਹੀਂ ਚਲੋ ਉਹਨਾਂ ਦੇ ਉਹ ਦੱਸ ਜਾਣਗੇ ਮੈਂ ਤੁਹਾਨੂੰ ਦੱਸਦਾ ਵੀ ਸੈਂਟਰ ਦਾ ਡਿਪਾਰਟਮੈਂਟ ਹੈ ਇਸੇ ਕਰਕੇ ਹਰਾਸ ਕਰ ਰਹੇ ਨੇ ਹੋਰ ਕੀ ਗੱਲ ਆ ਉਹ ਤੇ ਕੀ ਆ ਇਹ ਤਾਂ ਕੁਝ ਵੀ ਨਹੀਂ ਹੈਗਾ ਤੁਸੀਂ ਇਲਾਕੇ 'ਚ ਕਾਫੀ ਮਦਦ ਕੀਤੀ ਆ ਕਿਸਾਨਾਂ ਦੀ ਮੈਂ ਅੱਗੇ ਵੀ ਕੀਤੀ ਆ ਅਸੀਂ ਹਰ ਕਿਸਾਨ ਜਿਹਦੀ ਸਾਡੇ ਇਲਾਕੇ ਦੇ ਵਿੱਚ ਉੱਥੇ ਕੋਈ ਸ਼ਹੀਦ ਹੋਇਆ ਉਹਨਾਂ ਦੀ ਮਦਦ ਵੀ ਕੀਤੀ ਆ ਕੋਈ ਬਿਮਾਰ ਹੋਇਆ ਉਹਦੀ ਮਦਦ ਵੀ ਕੀਤੀ ਆ ਅਤੇ ਆਉਣ ਵਾਲੇ ਸਮੇਂ 'ਚ ਵੀ ਡਟ ਕੇ ਕਿਸਾਨਾਂ ਦੀ ਮਦਦ ਕਰਾਂਗੇ ਅਸੀਂ ਕਿਸਾਨੀ ਤੋਂ ਬਣੇ ਹੋਏ ਹਾਂ ਨਾ ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ ਮੈਂ ਨਹੀਂ ਸਾਡਾ ਸਾਰਾ ਪਿੰਡ ਇਹ ਠੀਕ ਆ ਸਾਡਾ ਇਹੋ ਜਿਹਾ ਪਿੰਡ ਆ ਵੀ ਇਹ ਲੋਕਾਂ ਨੇ ਪੈਰ ਨਹੀਂ ਛੱਡੇ ਜ਼ਮੀਨਾਂ ਬੜੀਆਂ ਮਹਿੰਗੀਆਂ ਹੋਈਆਂ ਪਿਛਲੇ ਤਕਰੀਬਨ 28 ਸਾਲ ਤੋਂ 1994 ਦੇ ਵਿੱਚ ਇਹ ਜਿਹੜੀ ਜ਼ਮੀਨਾਂ ਸ਼ਹਿਰ ਦੇ ਵਿੱਚ ਆਈਆਂ ਉਦੋਂ ਤੋਂ ਲੈ ਕੇ 28 ਸਾਲਾਂ ਤੋਂ ਅਸੀਂ ਜਿਹੜੀਆਂ ਜ਼ਮੀਨਾਂ ਨੂੰ ਵੇਚ ਕੇ ਅੱਗੇ ਜ਼ਮੀਨਾਂ ਲੈਂਦੇ ਰਹੇ ਹਾਂ ਅਲੀ ਸਾਹਿਬ ਲੈ ਕੇ ਕੀ ਕੁਝ ਗਏ ਨੇ ਕੋਈ ਡਾਕੂਮੈਂਟਸ ਕੋਈ ਗਹਿਣੇ ਸੋਨਾ ਕੋਈ ਪੈਸੇ ਕੈਸ਼ ਜਿਹੜਾ ਉਹ ਸਾਰਾ ਕੁਝ ਜੋ ਵੀ ਸਾਨੂੰ ਦੇ ਕੇ ਗਏ ਨੇ ਗਹਿਣੇ ਵੀ ਸਾਨੂੰ ਦੇ ਕੇ ਗਏ ਨੇ ਸਾਰਾ ਕੁਝ ਸਾਨੂੰ ਦੇ ਕੇ ਗਏ ਨੇ ਉਹਨਾਂ ਨੇ ਪਤਾ ਕੀ ਆ ਹਰ ਡਾਕੂਮੈਂਟ ਜਿਹੜਾ ਹੁੰਦਾ ਦੇਖੋ ਸਾਡੇ ਫੋਨ ਦੇ ਵਿੱਚ ਉਹ ਸਰਚ ਕਰਦੇ ਆ ਉਹਨੂੰ ਡਾਊਨਲੋਡ ਕਰਦੇ ਆ ਉਹਨੂੰ ਇੱਕ ਇੱਕ ਚੀਜ਼ ਨੂੰ ਫਿਰ ਪੁੱਛਦੇ ਆ ਉਹਨੂੰ ਦੱਸ ਦਿੰਦਾ ਸਾਰਾ ਜਵਾਬ ਇਸ ਕਰਕੇ ਉਹਨਾਂ ਨੇ ਗੋਲਡ ਵੀ ਸਾਰਾ ਦੇ ਕੇ ਗਏ ਨੇ ਅਤੇ ਕੋਈ ਸਾਡਾ ਬੈਂਕ ਅਕਾਊਂਟ ਵੀ ਨਹੀਂ ਸੀਜ਼ ਕੀਤਾ ਉਹਨਾਂ ਨੇ ਕਿਉਂਕਿ ਆਲਰੇਡੀ ਸਾਰਾ ਕੁਝ ਡਿਕਲੇਅਰ ਸੀ ਉਹ ਤਾਂ ਜੇ ਤੁਹਾਡੇ ਕੋਲ ਉਦਾਂ ਦੀ ਗੱਲ ਮਿਲੇ ਉਹ ਤਾਂ ਹੀ ਫਿਰ ਸੀਜ਼ ਕਰਦੇ ਆ ਨਾ ਕੋਈ ਟ੍ਰਾਂਜੈਕਸ਼ਨ ਅਸੀਂ ਇਸ ਤਰ੍ਹਾਂ ਦੀਆਂ ਕੋਈ ਟ੍ਰਾਂਜੈਕਸ਼ਨ ਕੋਈ ਕਦੋਂ ਦੀ ਕੁਝ ਨਹੀਂ ਹੈਗਾ ਉਹਨਾਂ ਨੂੰ ਕਹਿੰਦਾ ਇਸੇ ਕਰਕੇ ਉਹ ਸੀਜ਼ ਅਕਾਊਂਟ ਤੁਹਾਨੂੰ ਡਰ ਹੈ ਕੋਈ ਤੁਹਾਨੂੰ ਡਰ ਹੈ ਕਿਸੇ ਗੱਲ ਦਾ ਕੋਈ ਡਰ ਨਹੀਂ ਹੈਗਾ ਕੋਈ ਡਰ ਨਹੀਂ ਤਾਂ ਹੀ ਅਸੀਂ ਕਹਿੰਦਾ ਅਸੀਂ ਅੱਗੇ ਮੈਂ ਤੁਹਾਨੂੰ ਸਭੀ ਸਾਡੇ ਤਾਂ 22 ਸਾਲ ਪਹਿਲਾਂ ਵੀ ਹੋਈ ਸੀ ਜੀ ਉਦੋਂ ਸਰਚ ਵੀ ਹੋਈ ਉਦੋਂ ਸਰਚ ਦਿੱਲੀ ਤੋਂ ਹੋਈ ਸੀਗੀ ਜੀ ਜੀ ਟੀਮ ਵੀ ਦਿੱਲੀ ਤੋਂ ਆਈ ਸੀਗੀ 22 ਸਾਲ ਪਹਿਲਾਂ ਅਤੇ ਉਦੋਂ ਵੀ ਸਾਰਾ ਕੇਸ ਅਸੀਂ
एक रुपया भी टैक्स नहीं भरिया क्योंकि साढ़े को जद्दी जायदाद अज भी उही जायदाद आ जी उन्होंने अगे असी जी वेच के अगे ले लिया ने वह तो असी सारा कुछ डिकलेयर्ड आ लंबा समा चलन का कारण की है देखो इन्ना टाइम पता की आ इहदे विच की आ उन्हां दी फॉर्मैलिटीज इन होंदिया ने हुण एक एक फोन आ जी अज सारे को फोन ने फोन का डाटा फिर उन्होंने डाउनलोड करन दो तीन तीन घंटे लग जाते हैं जिम्मे असी तो आप जाके रात नूं उधर सौं गए सीगे वह इतने गैसट हाउस बैठे वह आपका डाटा सर्च कर दिलो जुड़े हुए लोग साडे दिलो जुड़े हुए ने सो इसलिए उन्होंने पता नहीं टेंशन होंगी क्योंकि साडे तो असीं अगे चीज भुगत चुके हैं साडे लई नॉर्मल गल सी की कहना चाहुंदे हो अपने समर्थकां नूं अपने हल्के दे लोकां नूं पंजाब वासियां नूं देखो असी डट के लोगों के नाल खड़े हैं पूरी ईमानदारी के नाल असी पिछले लंबे समय तो पुश्तां तो ही मैं गल कर रहे हैं परमात्मा की बहुत मेहर आ ये जायदादा बजुर्गों तो मिली हुई ने उन्होंने संभालिया असी संभालिया ने ईमानदारी नाल कारोबार करते हैं एक रुपये का कोई ये नहीं कह सकता भी असी कदे किसी जिमीदार नूं किसी ने सातों कोई प्लॉट खरीदा उन्होंने कदे खराब किया होवे कोई एक बंदा भी नहीं हो सकता इदां दा सो बड़ी ही ईमानदारी नाल काम कर रहे हैं तो ठीक है दिक्कतां तां आउंदियां रहिंदियां ने किसानां दे नाल खड़े रहोंगे हाले भी खड़े रहोंगे किसान देखो बने ही किसानी जो होए आ देखो असी ठीक है बहुत पिंड शहर दे विच आए ने पर साडा पिंड इहो जिहा वा भी इत्थों दे लोक ने जिहड़े इन्हां ने अज भी खेती नहीं छड्डी मैं आप खेती करदा सारी साडे पिंड दा हर बंदा खेती करदा इत्थों बेच के सारिया ने जमीनां लईआं के जिन्निया जमीना सी उदों पांच गुणा दस गुणा सारे ने वधाईआं ने इह जिहा पिंड आ कि इत्थों दे मुंडे सारे खेती करदे ने उह साडी गाइडेंस नाल चलदे ने असी सारे खेती नाल जुड़े होए जिहड़ियां जांच एजेंसियां ने सेंटर दीआं ने फिर इह द्वारा भी होर भी बहुत सारीआं एजेंसियां ने तुहानूं लगदा कि इस तरह का हो सकता है खैरा साहब तुसीं देखिआ कि रिमांड ते ने एडी दी रेड होई है होऊगा साडा देखो इस चीज नाल साडा तां सिर्फ जमीन नाल जुड़े होए आ जमीन दा ही पैसा वा जमीन दा ही काम करदे आ खजल खुआर किया पैसे मिलते नहीं बयाने हो जाते फिर मैं इस लाइन च आया जाके दो तीन पिंड पुछो भी जी तुम जमीन खरीदते टाइम तो पहला पैसे हर बंदे अगे जायदाद भी बनती है तो बंदे भी साड़ी सलाह ना चलते खेती भी कर रहे पूरे कामयाब ने सो चलो इन्होंने चीजा कोई फर्क नहीं पैंता जो तुम सच्ची उसमें परवाही कोई नहीं विरोधी तो हाले भी कहे पर भी कोई कारण तो रहा होना नहीं चलो पड़ताल हम होर करा लेनी चीज तो करवाई विरोधी मैं तो क्या भी देखो असी ना तो सेंटर साड़ी सरकार है ना पंजाब च जिहड़ी एजेंसी मैं अज तो जिस दिन सरकार बदली है ना 17 च मैं उदो भी कहा सी जिहड़ी एजेंसी साडी जांच करनी चाहुंदी है साडी जायदाद ही करनी चाहुंदी है कर लो उदो भी केड़ा डॉक्यूमेंट लेके जाना कोई सानू साइन करने पेंदे ना ऑफिस जाना पूरा कोऑपरेट किया।